ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਜੀ ਆਪਣਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਲਓ ਜੀ ਬਾਈ, ਜਿਵੇਂ ਨਾ ਬਹੁਤ ਦੇਰ ਦੇ ਕਮੈਨਾਂ ਨੇ ਵੀਡੀਓ ਆਪਾਂ ਬਹੁਤ ਪਾਈਆਂ, ਪਰ ਕਈ ਸਾਡੇ ਸਬਸਕ੍ਰਾਈਬਰਾਂ ਦੀ ਬਹੀ ਡਿਮਾਂਡ ਤੀ ਬਾਈ ਤੁਸੀਂ ਜੌਂਡੀਅਰ ਮਸ਼ੀਨ ਕਾਹਤੇ ਨਹੀਂ ਦਿਖਾਉਂਦੇ, ਜੌਂਡੀਅਰ ਮਸ਼ੀਨ ਕਾਹਤੇ ਨਹੀਂ ਦਿਖਾਉਂਦੇ। ਅੱਜ ਬਾਈ ਤੁਹਾਨੂੰ ਜੌਂਡੀਅਰ ਦੀ ਜਾਣਕਾਰੀ ਦੇਵਾਂਗੇ, ਜੌਂਡੀਅਰ ਕੰਬਾਈਨ ਦੀ। ਇਹ ਡਬਰੇ ਏਰੀਏ ਦੇ ਵਿੱਚ ਖੜ੍ਹੀ ਹੈ ਜੌਂਡੀਅਰ ਕੰਬਾਈਨ। ਇੱਥੇ ਹਲੇ 5-4 ਦਿਨ ਪਹਿਲਾਂ ਹੀ ਬੜਾਈ ਖਤਮ ਹੋਈ ਆ, ਹਜੇ ਚੱਲ ਕੇ 5-4 ਦਿਨ ਪਹਿਲਾਂ ਹੀ ਖੜ੍ਹੀ ਆ ਇਹਦੀ। ਬਾਈ ਆਪਾਂ ਤੁਹਾਨੂੰ ਜਾਣਕਾਰੀ ਦੀ, ਮਸ਼ੀਨ ਤਾਂ ਨਹੀਂ ਦੀ ਆਪਾਂ ਬਹੁਤੀ ਦਿੰਦੇ, ਕਿਉਂ ਆਪਣੇ ਏਰੀਏ 'ਚ ਇਹ ਜੌਂਡੀਅਰ ਕੰਬਾਈਨ ਪੰਜਾਬ ਦੇ ਵਿੱਚ ਬਹੁਤ ਘੱਟ ਆ। ਵੈਸੇ ਤਾਂ ਹੈ ਹੀ ਨਹੀਂ, ਹੈਗੀ ਹੈ ਜੇ ਉਹ ਟਰੈਕਟਰ ਵਾਲੀ ਆ ਤਾਂ ਉਹਦੇ ਬਾਰੇ ਆਪਾਂ ਨੂੰ ਇੰਨੀ ਫੋਲੋ ਨਹੀਂ ਕਰਦੇ ਆਪਾਂ ਉਹਨੂੰ। ਅੱਜ ਅਸੀਂ ਰੋਡ 'ਤੇ ਲੰਘੇ ਜਾਂਦੇ ਤੇ ਲੰਘੇ ਜਾਂਦੇ ਦੇਖ ਕੇ ਇਹ ਜੌਂਡੀਅਰ ਮਸ਼ੀਨ ਆ ਜਿਹੜੀ ਕੰਬਾਈਨ ਇਹ ਖੜ੍ਹੀ ਦੇਖੀ। ਚਲੋ ਮੈਂ ਕਿਹਾ ਅੱਜ ਦਿਖਾਉਂਦੇ ਹਾਂ ਤੁਹਾਨੂੰ। ਸਭ ਤੋਂ ਪਹਿਲਾਂ ਮਿਲੋ ਇੱਧਰ ਬਾਈ ਸਾਹਿਬ ਨੂੰ। ਬਾਈ ਸਾਹਿਬ ਰਾਮ ਰਾਮ। ਰਾਮ ਰਾਮ ਬਾਈ ਰਾਮ। ਇਹ ਬਾਈ ਉਹਨਾਂ ਦਾ ਢਾਬਾ ਆ, ਰੈਸਟੋਰੈਂਟ ਆ ਬਾਲਾ ਜੀ, ਬਾਲਾ ਜੀ ਢਾਬਾ, ਰੋਡ ਦੇ ਉੱਤੇ ਹੀ ਰੈਸਟੋਰੈਂਟ ਆ। ਚੰਗਾ, ਇਹ ਝਾਂਸੀ ਰੋਡ ਹੈ ਜੀ, ਝਾਂਸੀ ਇੱਧਰ 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 ਕੌਣ ਸਾ ਗਵਾਲੀਅਰ, ਗਵਾਲੀਅਰ ਤੋਂ ਝਾਂਸੀ ਨੂੰ ਰੋਡ ਜਾਂਦਾ, ਉਹਦੇ ਉੱਤੇ ਢਾਬਾ ਹੈ ਨਾ ਬਾਈ ਉਹਨਾਂ ਦਾ। ਇੱਥੇ ਇਹਨਾਂ ਦੀ ਮਸ਼ੀਨ ਆ। ਔਰ ਬਈਆ ਬੜੀਆ? ਹਾਂ ਬੜੀਆ। ਗਾੜੀ ਬੜੀਆ ਚੱਲੀ? ਬੜੀਆ ਗਾੜੀ ਚੱਲੀ। ਕਹਾਂ ਸੇ ਸਟਾਪ ਕਹਾਂ ਕਾ ਤਾ? ਇਹ ਪੰਜਾਬ ਕਾ ਤਾ। ਪੰਜਾਬ ਕਾ ਤਾ, ਠੀਕ ਹੈ। ਕਿਤਨੇ ਏਕੜ ਕੱਟ ਦੀਏ? ਅਭੀ 6 ਕਾਟਾ ਹੋਗਾ, ਮੰਨ ਕੇ ਚਲੋ 600 ਏਕੜ। 600 ਏਕੜ ਕੱਟ ਤਾ ਬਾਈ। ਬਾਕੀ ਇਹਨਾਂ ਨੂੰ ਤਾਂ ਪੁੱਛਦੇ ਆ ਆਪਾਂ, ਇਹ ਜੌਂਡੀਅਰ ਗਾੜੀ ਹੈ ਜੋ ਤੁਮਨੇ, ਤੁਹਾਡੇ ਖੇਤਰ ਮੇ ਔਰ ਵੀ ਹੈ ਕੋਈ? ਹਾਂ ਕਹੀਂ ਕਹੀਂ ਹੈ, ਕਹੀਂ ਕਹੀਂ ਹੈ। ਅੱਛਾ, ਤੁਮਨੇ ਜੇ ਤੁਹਾਰਾ ਕੈਸੇ ਮਨ ਮਨਾ ਜੀ ਜੌਂਡੀਅਰ ਲੈਣੇ ਕਾ? ਜੌਂਡੀਅਰ ਲੈਣੇ ਕਾ ਕੋਈ ਕੰਪਨੀ ਕੀ ਚੀਜ਼ ਹੈ। ਅੱਛਾ ਜੀ। ਹਾਂ, ਔਰ ਯਹਾਂ ਸੇ ਜੋ ਡਬਰਾ ਸੇ ਜੋ ਇਨਕਾ ਡੀਲਰ ਹੈ ਨਾ। ਅੱਛਾ ਜੀ। ਉਹ ਬੋਲ ਰਹੇ ਥੇ ਕਿ ਜੌਂਡੀਅਰ ਬੜੀ ਆ, ਤਾਂ ਮੈਨੂੰ ਕਿ ਚਲੋ ਜੌਂਡੀਅਰ ਹੀ ਲੈ ਲੈ। ਅੱਛਾ, ਕੋਈ ਦਿੱਕਤ ਤਾਂ ਨਹੀਂ ਆਈ ਅਭੀ ਤੱਕ? ਨਹੀਂ ਅਭੀ ਕੋਈ ਦਿੱਕਤ। ਕੌਨ ਸਾ ਮਾਡਲ ਹੈ ਜੀ? ਜੀ ਮਾਡਲ ਤਾਂ ਸਾਰਾ ਧਿਆਨ ਨਹੀਂ ਹੈ, ਤੁਸੀਂ ਲਿਖਾ ਹੋਗਾ। ਅੱਛਾ ਜੀ। ਹਾਂ ਹਾਂ, ਯਾਨੀ ਅਭੀ ਤੱਕ ਕੋਈ ਦਿੱਕਤ ਨਹੀਂ ਹੈ? ਅਭੀ ਤੱਕ ਕੋਈ ਦਿੱਕਤ ਨਹੀਂ ਆਈ। ਠੀਕ ਹੈ, ਬੜੀਆ ਚੱਲ ਰਹੀ ਹੈ। ਨਹੀਂ, ਬਹੁਤ ਅਸੀਂ ਦੇਖਿਆ, ਹਮਾਰੇ ਲੋਕ ਨਾ ਕਿਆ ਬੋਲਤੇ ਹੈ, ਕਈ ਵੀ ਬਹੁਤ ਆਦਮੀਓ ਸੇ ਸੁਣਾ ਹੈ ਵੀ ਜੌਂਡੀਅਰ ਮੇਂ ਦਿੱਕਤ ਬਹੁਤ ਆਤੀ ਹੈ, ਬ੍ਰੇਕ ਡਾਊਨ ਬਹੁਤ ਆਤੀ ਹੈ। ਅਭੀ ਤੋ ਕੋਈ ਦਿੱਕਤ ਨਹੀਂ ਆਈ। ਕਿਤਨੇ ਸੀਜ਼ਨ ਹੋ ਗਏ ਮੰਨ ਲਓ ਆਪਣੇ ਪਾਸ? ਕੋ 3-4 ਸੀਜ਼ਨ ਲੱਗ ਗਏ। 3-4 ਸੀਜ਼ਨ ਲਗਾ ਦੇ, ਨਵੀਂ ਲਈ ਸੀ ਬਿਲਕੁਲ। ਹਾਂ ਨਵੀਂ, ਅੱਛਾ ਬਿਲਕੁਲ। ਇਹ ਕਿਤਨੇ ਮੇਂ ਪੜੀ ਸੀ ਆਪਣੇ ਕੀਮਤ? ਉਸ ਟਾਈਮ ਤੇ 20,50,000 ਦੀ ਪੜੀ ਸੀ। 20,50,000 ਦੀ ਪੜੀ, 20,50,000 ਦੀ ਕੰਬਾਈਨ ਪਈ ਸੀ ਇਹਨਾਂ ਨੂੰ ਇਹ। ਬਾਕੀ ਤੁਸੀਂ ਕੰਬਾਈਨ ਦੇਖ ਕੇ ਬਾਈ, ਬਾਕੀ ਕੰਪਨੀ ਦੀ ਚੀਜ਼ ਜਿਹੜੀ ਕੰਪਨੀ ਦੀ ਉਹ ਆ, ਦੇਖੋ ਐਨ ਫੀਟਰ ਜਿਹੜੀ ਮੂਹਰੇ ਤੇ ਇਹਦੀ 6 ਪਾ ਫੀਟਰ ਦੀ ਕਿੰਨੀ ਲੁੱਕ ਘੈਂਟ ਲੱਗਦੀ ਹੈ। ਬਾਕੀ ਤੁਸੀਂ ਉੱਧਰ ਦੇਖੋ, ਕੈਬਨ ਦੇਖੋ ਐਨ ਵਧੀਆ, ਲੀਵਰ ਦੇਖੋ ਕਿੰਨੇ ਕਸ਼ਟ ਬਿੱਲ ਲਾਏ ਹੋਏ ਆ ਵੀ ਜਿਹੜੀ ਡਰਾਈਵਰ ਨੂੰ ਦਿੱਕਤ ਨਾ ਕੋਈ ਆਵੇ। ਪੰਜਾਬ ਤੋਂ ਸਟਾਫ ਪੰਜਾਬ ਕਹੀਦਾ ਜੀ, ਅਬ ਚਲੇ ਗਏ ਉਹ। ਹਾਂ ਠੀਕ ਹੈ। ਬਾਕੀ ਆਪ ਜੇ ਰੋਡ ਵਾਲ ਦੇਖੀ ਜੇ, ਰੋਡ ਕਿਆ ਕੰਮ ਲੈਤੇ ਇਸ ਤੇ ਆਪ? ਉਹ ਲਗਾਤੇ ਨਾ ਉਸਕਾ ਆਂਗੇ ਵਾਲਾ ਕਟਰ। ਕਟਰ? ਅੱਛਾ ਜੀ, ਉਸਮੇ ਲਗਤਾ ਹੈ ਜੀ। ਅੱਛਾ, ਜੇ ਰੋਡ ਉਸਮੇ ਲਗਤੀ ਹੈ ਫਿਰ ਨਿਕਾਲ ਕੇ ਇਧਰ ਤੇ? ਹਾਂ ਜੀ ਐਸੇ ਇਸਮੇ ਉਹ ਆਦ ਐਸੇ ਲਗਤੀ ਹੈ ਨਾ, ਇਸਮੇ ਫਸ ਜਾਤੀ ਹੈ। ਅੱਛਾ, ਉਹ ਬੈਲਟ ਕੀ ਜਗ੍ਹਾ ਜੇ ਚਲਤੀ ਹੈ? ਚਲਤੀ ਹੈ। ਠੀਕ ਹੈ ਠੀਕ ਹੈ ਬਾਈ, ਸਹੀ ਗੱਲ ਹੈ। ਬਾਕੀ ਬਾਹਰ ਇੱਧਰ ਨੂੰ ਆ ਜਾ ਭਾਜੀ ਨਾ, ਬਾਕੀ ਜੌਂਡੀਅਰ ਕੰਪਨੀ ਹੈ ਬਾਈ। ਆ ਦੇਖ ਇੱਧਰ, ਫੀਟਰ ਤੇ ਬੈਲਟ ਆਈ, ਆ ਪਾਤੀ ਬੈਲਟ, ਠੀਕ ਹੈ। ਕੋਈ ਐ ਨਹੀਂ ਹੈਗਾ ਸਿੱਧੀ ਜਿਵੇਂ ਆਪਾਂ ਕੱਟ ਨੂੰ ਡਾਇਰੈਕਟ ਬੈਲਟ ਪਾਉਣੇ, ਉਹ ਬੈਲਟ ਨਹੀਂ ਹੈਗੀ, ਆ ਜੁਆਇੰਟਡ ਬੈਲਟ ਹੈ। ਹੈ, ਬਾਕੀ ਸਿੱਧੀ ਬੈਲਟ ਪਾ ਕੇ ਉਰੇ ਤੇ ਉਹ ਸ਼ਾਫਟ ਪਾਈ ਹੋਈ ਹੈ, ਪਰ ਉਹਨੂੰ ਲੰਬੀ ਫੀਟਰ ਇਹਦੇ ਗੱਲ ਚੱਲਦਾ ਕਰਿਆ, ਆ ਸ਼ਾਫਟ ਇੱਥੇ ਤੇ ਫਿਰ ਅੱਗੇ ਉੱਧਰ ਲੱਗ ਜਾਂਦਾ ਹੁਣ ਜਗਾੜ, ਇਹਦੇ ਵਿੱਚ ਪਾ ਕੇ ਉੱਧਰ ਕੱਟਣ ਨੂੰ ਲੱਗ ਜਾਂਦਾ। ਉਹ ਬੈਲਟ ਵਾਲਾ ਕੰਮ ਨਹੀਂ, ਕੱਟਣ ਨੂੰ ਡਾਇਰੈਕਟ ਬੈਲਟ ਨਹੀਂ ਪੈਂਦੀ। ਸਭ ਤੋਂ ਬੜਾ ਜਿਹੜਾ ਜੌਂਡੀਅਰ ਦਾ ਫਿਊਚਰ ਆ ਇਹ ਬੜਾ ਮਨਪਸੰਦ ਦਾ ਫਿਊਚਰ ਆ। ਅੱਛਾ ਬਾਈ ਸਾਹਿਬ, ਹੋਰ ਕੁਝ ਜਿਵੇਂ ਮੰਨ ਲਓ ਇਸਕਾ ਸਪੇਅਰ ਪਾਰਟ ਮਿਲ ਜਾਂਦਾ ਜਾਈ ਸੇ? ਹਾਂ, ਡਬਰਾ ਮਿਲ ਜਾਂਦਾ, ਕੋਈ ਦਿੱਕਤ ਨਹੀਂ ਆਉਂਦੀ ਸਪੇਅਰ ਪਾਰਟ ਮੇਂ ਵੀ? ਹਾਂ ਠੀਕ ਹੈ। ਬੰਦ ਕਰ ਲਈ ਭਾਜੀ ਇੱਕ ਮਿੰਟ, ਦੇਖੋ ਬਾਈ ਬਾਕੀ ਮਾਲਕ ਨੇ ਆਪਾਂ ਨੂੰ ਦੱਸੇ ਦਿੱਤਾ ਵੀ ਜੌਂਡੀਅਰ ਮਸ਼ੀਨ ਆ ਜਿਹੜੀ ਜੇ ਤੱਕ ਕੋਈ ਬ੍ਰੇਕ ਡਾਊਨ ਨਹੀਂ ਆਈ, 4-5 ਸੀਜ਼ਨ ਹੋ ਗਏ ਚਲਾਉਂਦੇ ਨੂੰ, ਸਪੇਅਰ ਪਾਰਟ ਦੀ ਕੋਈ ਦਿੱਕਤ ਨਹੀਂ ਹੈਗੀ। ਬਾਕੀ ਆਹ ਸਿਸਟਮ ਬਾਈ ਬੜਾ ਸੈੱਟ ਲੱਗਿਆ ਜਿਹੜਾ, ਦੇਖੋ ਨਾ ਤਾਂ ਕੋਈ ਕਟਰ ਨੂੰ ਡਾਇਰੈਕਟ ਬੈਲਟ ਪਾਉਣੀ, ਉੱਧਰ ਬੈਲਟ ਪਈ ਹੋਈ ਆ, ਸ਼ਾਫਟ ਆ ਗਈ, ਇਹ ਸਿਸਟਮ ਦਾ ਨਹੀਂ ਪਤਾ ਵੀ ਇਹਦੇ ਵਿੱਚ ਪਾਈਪ ਲੱਗਦੀ ਆ ਕਿਆ ਲੱਗਦਾ। ਬਾਕੀ ਇੱਧਰ ਕਟਰ ਕਿਹੜਾ ਤੁਹਾਨੂੰ ਉਹ ਵੀ ਦਿਖਾਵਾਂਗੇ, ਪਹਿਲਾਂ ਤੁਹਾਨੂੰ ਸ਼ੁਰੂਆਤ ਕਰਦੇ ਹਾਂ ਆਪਾਂ ਬਲੋਰ ਤੋਂ। ਆਹ ਦੇਖੋ ਪਹਿਲਾਂ ਬਲੋਰ ਪੂਰਾ ਰੇਗ ਬਲੋਰ ਤਾਂ ਹੈਗਾ ਹੀ ਹੈਗਾ, ਦੇਖੋ ਕਰਿਆ ਹੋਇਆ। ਬਾਕੀ ਆ ਰੇਗ ਬੈਰਿੰਗ ਪਾ ਕੇ ਉਹਦੇ ਉੱਪਰ ਕਵਰ ਲਾਇਆ ਹੋਇਆ,
ਸ਼ਾਫਟ ਦੇ ਉੱਪਰ ਤਿੰਨ ਨਟ ਲਾ ਕੇ ਰੇਕ ਤੇ ਪਜੂਸੀ ਬੈਰਿੰਗ ਅੰਦਰ ਕਵਰ ਲਾ ਕੇ ਐਨ ਕਵਰ ਕਰਿਆ ਹੋਇਆ। ਉਹਦੇ ਬਾਅਦ ਆ ਜਾਓ ਤੁਹਾਨੂੰ ਦਿਖਾ ਦਿੰਦੇ ਆਪਾਂ। ਆ ਦੇਖੋ ਜੀ ਜਿਹੜੀ ਸਭ ਤੋਂ ਪਹਿਲਾਂ ਆਪਣੀ ਮੇਨ ਥਰੈਸ਼ਰ। ਬਾਕੀ ਬਾਈ ਦੀ ਗੱਲ ਸਹੀ ਆ ਵੀ ਜਿਹੜੀ ਜੌਨ ਡੀਅਰ ਦੀ ਮਸ਼ੀਨ ਕੰਪਨੀ ਦੀ ਚੀਜ਼ ਆ। ਆਹ ਵੀ ਦੇਖ ਲਓ ਤੁਸੀਂ ਬਾਈ ਐਨ ਬੈਰਿੰਗ ਪਾ ਕੇ ਪਲੇਟਾਂ 'ਚ ਬੈਰਿੰਗ ਪਾਏ ਹੋਏ ਆ, ਹੌਜ਼ਿੰਗ ਨਹੀਂ ਲਾਏ ਹੋਏ। ਉਰੇ ਨੋ ਕੇ ਦਿਖਾ ਦੇ ਭਜਨ ਬਾਈ, ਪਲੇਟਾਂ ਦੇ ਵਿੱਚ ਬੈਰਿੰਗ ਪਾਏ ਹੋਏ ਆ, ਕੋਈ ਹੌਜ਼ਿੰਗ ਨਹੀਂ ਲਾਇਆ ਹੋਇਆ। ਜਿਹੜੀ ਪੱਤੀ ਹੁੰਦੀ ਆ ਨਾ ਆਪਣੇ ਪੀ ਐੱਫ ਕਹਿੰਦੇ ਹਾਂ ਜਿਹਨੂੰ, ਉਹ ਪੱਤੀ ਲਾਈ ਹੋਈ ਆ। ਬਾਕੀ ਐਲੀਵੇਟਰ ਦੇਖੋ ਕਿੰਨੇ ਸੋਹਣੇ ਲੱਗਦੇ ਆ ਲੱਗੇ ਹੋਏ। ਬਾਕੀ ਆਹ ਕਬਜ਼ੇ ਲਾਏ ਹੋਏ ਆ ਇਹਦੇ, ਐਲੀਵੇਟਰ ਖੁੱਲ੍ਹਦੇ ਕਰੇ ਹੋਏ ਆ ਇਹਦੇ ਪੂਰੇ ਪ੍ਰੋਪਰ। ਆਹ ਤਾਂ ਤੁਹਾਨੂੰ ਪਤਾ ਹੀ ਔਗਰ ਵਾਲੀ ਚੈਨ ਹੋ ਗਈ, ਆਪਣੇ ਗੈਡ ਡਰੰਮ ਵਾਲੀ ਪੁਲੀ ਵੀ ਹੈ ਨਾ, ਪੱਖੇ ਵਾਲੇ ਬਲੋਰ ਵਾਲੀ ਬੈਲਟ ਨੂੰ ਤਾਂ ਐਡਲ ਲਾਇਆ ਹੋਇਆ। ਆਹ ਬਲੋਰ ਨੂੰ ਜਿਹੜਾ ਬੈਲਟ 'ਚ ਪਾਈ ਹੋਈ ਆ ਨਾ, ਇਹਨੂੰ ਵੀ ਐਡਲ ਲਾਇਆ ਹੋਇਆ। ਵੀ ਜੇ ਬੈਲਟ ਢਿੱਲੀ ਹੋ ਗਈ ਨਹੀਂ, ਕਿਸੇ ਕੰਪਨੀ ਦਾ ਫਿਊਚਰ ਨਹੀਂ ਹੈਗਾ ਵੀ ਇਹ ਬੈਲਟ ਨੂੰ ਐਡਲ ਲਾ ਦੇਈਏ, ਨਹੀਂ ਬੈਲਟ ਨਵੀਂ ਪਾਉਣੀ ਪੈਂਦੀ ਆ। ਦੇਖੋ ਇਹਨੂੰ ਵੀ ਬੈਲਟ ਐਡਲ ਲਾਇਆ ਹੋਇਆ। ਬਾਕੀ ਤੁਹਾਨੂੰ ਹੋਰ ਵੀ ਆਹ ਦੇਖੋ ਇੱਧਰ ਉਰੇ ਨੂੰ ਆ ਜਾਓ, ਜਿਹੜਾ ਗੇਅਰ ਵਾਲੀਆਂ ਰਾੜਾਂ ਹੈ ਦੇਖੋ ਇੱਧਰ, ਗੇਅਰ ਵਾਲੀਆਂ ਰਾੜਾਂ ਕਿੰਨੀਆਂ ਮੰਨ ਲਓ ਐਨ ਹੈਵੀ ਕਰਕੇ ਲਾਈਆਂ ਹੋਈਆਂ ਮਜ਼ਬੂਤੀ 'ਚ। ਉਹਦੇ ਬਾਅਦ ਜਿਹੜਾ ਆਪਣੇ ਬੈੱਡ ਵਾਲਾ ਝੂਲਾ ਹੁੰਦਾ ਇਹਦੇ ਆਹ ਲਾਇਆ ਹੋਇਆ, ਉਹ ਮੂਹਰੇ ਬੈੱਡ ਨੂੰ ਆਪਾਂ ਸ਼ਾਫਟ ਪਾਉਂਦੇ ਹਾਂ, ਜਿਹੜੀ 6205 ਨੰਬਰ ਬੈਰਿੰਗ ਪਾ ਕੇ ਝੂਲਾ ਪਾਉਂਦੇ ਹਾਂ, ਆਹ ਸ਼ਾਫਟਾਂ ਲੱਗੀਆਂ ਆਹ ਲੱਗੀ ਹੋਈ ਆ। ਉਹ ਬਹੁਤ ਛੋਟੇ ਛੋਟੇ ਬੋਛਾਂ ਬਾਈ ਦੇਖ ਲਓ, ਸਭ ਤੋਂ ਛੋਟਾ ਬੋਛ ਇਹਦਾ ਹੈ, ਪਤਲੀ ਸ਼ਾਫਟਾਂ 300 ਦੇ ਸਰੀਏ ਵਰਗੀ। ਬਾਕੀ ਤੁਹਾਨੂੰ ਹੁਣ ਇਹਦਾ ਗੇਅਰ ਦਿਖਾ ਦਈਏ, ਇਹਦਾ ਗੇਅਰ ਲੱਗਿਆ ਹੋਇਆ ਜੀ, ਜੌਨ ਡੀਅਰ ਦਾ ਹੀ ਗੇਅਰ ਹੈ, ਇਹਨੂੰ ਲੱਗਿਆ ਹੋਇਆ ਆਹ ਲੱਗਿਆ ਹੋਇਆ ਗੇਅਰ ਬਕਸਾ। ਦੇਖ ਲਓ ਜੀ ਗੇਅਰ ਤੇਲ 'ਚ ਬ੍ਰੇਕਾਂ, ਆਹ ਡਰੰਮ ਲੱਗੇ ਹੋਏ ਆ ਬ੍ਰੇਕਾਂ ਵਾਲੇ ਛੋਟੇ ਛੋਟੇ, ਉੱਧਰ ਵੀ ਲੱਗੇ ਹੋਏ ਆ। ਬਾਕੀ ਜਿਹੜੀਆਂ ਗੇਅਰ ਨੂੰ ਰਾੜਾਂ ਹੈ ਬਾਈ, ਤਾਰਾਂ ਹੀ ਆ ਇਹਦੇ, ਆਹ ਦਿਖਦੀ ਆ ਮਾੜੀ ਜਿਹੀ ਦਿਖਦੀ ਆ, ਤਾਰਾਂ ਹੀ ਪਾਈਆਂ ਹੋਈਆਂ। ਬਾਕੀ ਜੌਨ ਡੀਅਰ ਮਸ਼ੀਨ ਆ ਬਾਈ ਜਿਹੜੀ ਸਰਾ ਕਰਾਇਆ ਪਿਆ, ਦੇਖੋ ਆਪਾਂ ਐਲੀਵੇਟਰ, ਡੀਜ਼ਲ ਵਾਲੀ ਟੈਂਕੀ, ਦੇਖੋ ਕਿੰਨਾ ਵਧੀਆ ਸਿਸਟਮ ਆ ਜਿਹੜਾ ਇਹਦਾ। ਕਹਿਣ ਦਾ ਭਾਵ ਮੰਨ ਲਓ ਜਿਹੜਾ ਆਪਣੇ ਫਿਲਟਰ ਆ ਡੀਜ਼ਲ ਫਿਲਟਰ, ਉਹ ਵੀ ਹੇਠਾਂ ਹੀ ਲਾਇਆ ਹੋਇਆ ਟੈਂਕੀ ਦੇ ਕੋਲ, ਇੱਥੇ ਤਾਂ ਇੰਜਨ ਨੂੰ ਸਪਲਾਈ ਜਾਂਦੀ ਸਾਰੇ, ਰੋਟਰੀ ਪੰਪ ਲਾਇਆ ਉਹ ਦੇਖੋ ਛੋਟਾ ਜਿਹਾ ਦਿਖਦਾ ਜਿਹੜਾ ਸਾਹਮਣੇ, ਠੀਕ ਹੈ ਜੀ। ਉਹ ਤੋਂ ਬਾਅਦ ਆਇਆ ਆਪਣੇ ਡੀਜ਼ਲ ਫਿਲਟਰ ਆ ਗਏ, ਸਾਹਮਣੇ ਡੀਜ਼ਲ ਫਿਲਟਰ ਲੱਗੇ ਹੋਏ ਆ, ਡੀਜ਼ਲ ਨੂੰ ਸਪਲਾਈ ਜਿਹੜੀ ਇੰਜਨ ਦੀ ਸਪਲਾਈ ਆ ਸਾਰੀ ਇੱਥੇ ਤੋਂ ਹੀ ਆ। ਉਹ ਤੋਂ ਬਾਅਦ ਟੈਂਕੀ ਦੇਖੋ ਬੰਦ, ਖੁੱਲ੍ਹਣ ਵਾਸਤੇ ਮੰਨ ਲਓ, ਕਹਿਣ ਦਾ ਭਾਵ ਜਿਵੇਂ ਆਪਾਂ ਡੀਜ਼ਲ ਨਹੀਂ ਸਪਲਾਈ ਬੰਦ ਕਰਨੀ ਆ ਇੰਜਨ ਨੂੰ, ਤਾਂ ਆਪਾਂ ਬੰਦ ਕਰ ਸਕਦੇ ਹਾਂ। ਦੇਖੋ ਟੈਂ ਫਿਲਟਰ ਇਹ ਗੰਦਾ ਤੇਲ ਕੱਢਣ ਨੂੰ ਲੱਗੀ ਹੋਈ ਆ, ਜਿਵੇਂ ਮੰਨ ਲਓ ਫਿਲਟਰ 'ਚ ਪਾਣੀ ਜਿਹਾ ਭਰ ਜਾਂਦਾ। ਆਹ ਜਿਹੜੀ ਟੂਟੀ ਲੱਗੀ ਹੋਈ ਆਪਣੇ ਉਹਦੇ ਵਾਲੀ ਲੱਗੀ ਹੋਈ ਆ ਮੋਟਰਸਾਈਕਲ ਵਾਲੀ, ਬਹੁਤ ਵਧੀਆ ਸਿਸਟਮ ਕਰਿਆ ਹੋਇਆ ਜੌਨ ਡੀਅਰ ਕੰਬਾਈਨ ਦਾ। ਕਹਿਣ ਦਾ ਭਾਵ ਸਭ ਤੋਂ ਪਹਿਲਾਂ ਤਾਂ ਮਸ਼ੀਨ ਜਿਹੜੀ ਆਪਣੀ ਇਹ ਮਸ਼ੀਨ, ਆਹ ਦੇਖੋ ਬਰੈਕਟੀਆਂ ਬੁਸ਼ ਕਿੰਨੇ ਸਭ ਤੋਂ ਛੋਟੇ ਬੁਸ਼ ਆ ਜਿਹੜੇ ਟੈਲੀਫੋਨ ਵਾਲੇ ਬੁਸ਼ ਪਾਉਂਦੇ ਨਾ ਪਸਲ ਝੂਲੇ ਵਾਲੇ, ਜਮੀਂ ਛੋਟੇ ਬੁਸ਼ ਆ। ਥੱਲੇ ਵਾਲੀ ਬਰੈਕਟੀ ਹੈ ਜਿਹੜੀ ਇਹ ਬੜੀ ਆ, ਆਹ ਉੱਤੇ ਵਾਲੀ ਬਰੈਕਟੀ ਦੇਖੋ ਜਮੀਂ ਛੋਟੀ ਬਰੈਕਟੀ ਆ, 500 ਦਾ ਸਰੀ ਹੈ। ਬਾਕੀ ਤੁਸੀਂ ਟੈਂਕੀ ਦੇਖੋ ਜਮੀਂ ਥੱਲੇ ਟੈਂਕੀ ਪਈ ਆ, ਡੀਜ਼ਲ ਪਾਉਣ 'ਚ ਵੀ ਕੋਈ ਦਿੱਕਤ ਨਹੀਂ ਹੈਗੀ। ਬਾਕੀ ਇੰਜਣ ਦੇ ਫਿਰ ਤਾਂ ਦਿਖਾਉਂਦੇ ਹਾਂ ਤੁਹਾਨੂੰ ਸਾਰੀ। ਬਾਕੀ ਆ ਰੇਕ ਸ਼ਾਫਟ ਦੀ ਟੱਕੀ ਹੋਈ ਆ ਦੇਖੋ, ਕਵਰ ਕਰੀ ਹੋਈ ਆ ਬੈਰਿੰਗ ਪਾ ਕੇ, 3 ਨਟ ਲਾ ਕੇ ਨਾ 13 ਨੰਬਰ ਦੇ ਉੱਪਰ ਕਵਰ ਪਾਇਆ ਹੋਇਆ ਸ਼ਾਫਟ ਦੇ, ਜਿਵੇਂ ਆਪਾਂ ਦੇਖਦੇ ਵੀ ਕੰਬਾਈਨਾਂ ਦੇ ਸ਼ਾਫਟਾਂ ਘੁੰਮਦੀਆਂ ਦਿਖਦੀਆਂ। ਆਹ ਦੇਖੋ ਪੀ ਐੱਫ ਪੱਤੀ ਸਾਰੀ ਜਗ੍ਹਾ ਇਹੀ ਪੱਤੀਆਂ ਲੱਗੀਆਂ ਹੋਈਆਂ। ਆਹ ਦੇਖੋ ਇਹ ਪੱਤੀ ਜਿਹੜੀ ਆਪਾਂ ਨਾ ਕੈਮ ਸ਼ਾਫਟ ਨੂੰ ਪਾਉਂਦੇ ਹਾਂ, ਉਹੀ ਪੱਤੀਆਂ ਸਾਰੀਆਂ ਲੱਗੀਆਂ ਹੋਈਆਂ, ਹੌਜ਼ਿੰਗਾਂ ਦਾ ਕੰਮੇ ਚੱਕਿਆ ਹੋਇਆ ਕੰਪਨੀ ਨੇ। ਬਾਕੀ ਆਹ ਦੇਖ ਲਓ ਤੁਸੀਂ ਬਲੋਰ ਵਾਲੀ ਪੁਲੀ ਦਾ ਜਿਹੜਾ ਸਿਸਟਮ ਆ, ਵੀ ਇਹ ਰਿਜਨਲ ਜੈਨੀਅਨ ਕੰਮ ਆ, ਦੰਦਿਆਂ ਵਾਲੀ ਬੈਲਟ ਪਾਈ ਹੋਈ ਆ। ਮੰਨ ਲਓ ਢਿੱਲੀ ਬੈਲਟ ਵੀ ਬਾਈ ਦੰਦਿਆਂ ਵਾਲੀ ਚੱਲੀ ਜਾਂਦੀ ਆ। ਅਸੈਂਬਲੀ ਪੁਲੀ ਦੇਖ ਲਓ, ਇਹਦੇ ਮਗਰਲੇ ਪਾਸੇ ਜਿਹੜੇ ਬੈਰਿੰਗ ਆ ਉਹ ਵੀ ਤੁਹਾਨੂੰ ਪੀ ਐੱਫ ਪਲੇਟਾਂ ਵਾਲੇ ਮਿਲਣਗੇ, ਉਹ ਦੇਖੋ। ਬਾਕੀ ਐਡਲ ਦੇਖ ਲਓ, ਚੈਨ ਗਰਾਰੀ ਦੇਖ ਲਓ ਤੁਸੀਂ, ਟੱਕ ਟੱਕਾਂ 'ਚ ਗਰਾਰੀ ਆ। ਮੰਨ ਲਓ ਕਈ ਵਾਰ ਨਹੀਂ ਨਿਕਲਦੀ ਆਪਾਂ ਨੂੰ ਗਰਾਰੀ, ਗਲਤ ਉਹਦੇ ਤਰੀਕੇ ਕੱਢਣੇ ਪੈਂਦੇ। ਬਾਕੀ ਐਲੀਵੇਟਰਾਂ ਦੀ ਸ਼ੇਪ ਦੇਖੋ ਕਿੰਨੀ ਘੈਂਟ ਆ। ਲਓ ਜੀ ਹੁਣ ਇੰਜਣ 'ਤੇ ਆ ਗਏ ਆਪਾਂ, ਇੰਜਣ ਵੀ ਛੋਟਾ ਹੀ ਹੈ ਇਹਦਾ, ਬਹੁਤਾ ਜ਼ਿਆਦਾ ਬੜਾ ਨਹੀਂ ਹੈਗਾ। ਥੋੜ੍ਹੀ ਜਿਹੀ ਆਵਾਜ਼ 'ਚ ਪ੍ਰੋਬਲਮ ਆ ਗਈ ਸੀ ਵੀਡੀਓ ਬਣਾਉਂਦੇ ਬਣਾਉਂਦੇ, ਇਸ ਲਈ ਆਵਾਜ਼ ਦੁਬਾਰੇ ਰਿਕਾਰਡਿੰਗ ਕਰਕੇ ਲਾਈ ਆ, ਸੋਰੀ ਉਹਦੇ ਵਾਸਤੇ। ਆਹ ਦੇਖੋ ਬਾਈ 4 ਸਿਲੰਡਰ ਇੰਜਣ ਹੈ ਇਹਦੇ ਪਰ,
ਜੌਂਡੀਅਰ ਕੰਬਾਈਨ ਦਾ ਆ ਤੁਹਾਨੂੰ ਦੇਖਦੀਆਂ ਹੋਣੀਆਂ ਚਾਰ ਨਿਊਜ਼ਲਾਂ। ਕਹਿਣ ਦਾ ਭਾਵ 12 ਫੁੱਟ ਦਾ ਕਟਰ ਆ, ਚਾਰ ਸਿਲੰਡਰ ਇੰਜਣ ਆ, ਇੰਜਣ ਢੋਲਕੀ ਦੇਖ ਲਓ, ਸਲੰਸਰ ਢੋਲਕੀ ਦੇਖ ਲਓ ਤੁਸੀਂ, ਐਨ ਪੂਰੀ ਛੋਟੀ ਜਿਹੀ ਬਣਾ ਕੇ ਲਾਈ ਹੋਈ ਆ, ਕੋਈ ਬੜਾ ਸਿਸਟਮ ਨਹੀਂ ਹੈਗਾ, ਜੈਨੀਅਨ ਕੰਮ ਆ ਬਾਈ। ਮੈਂ ਤਾਂ ਜੌਂਡੀਅਰ ਕੰਬਾਈਨ ਜਾਣੀ ਪਹਿਲੀ ਵਾਰ ਦੇਖੀ ਆ, ਪਹਿਲੀ ਵਾਰ ਦੇਖ ਕੇ ਹੀ ਆਹ ਦੇਖੋ ਆਪਣੇ ਜਿਹੜਾ ਦੂਆ ਤੇਲ ਆ, ਹਾਈਡਰੋਲਿਕ ਤੇਲ ਆ ਜਿਹੜਾ, ਉਹਨੂੰ ਬਾਈ ਫਿਲਟਰ ਲਾਇਆ ਹੋਇਆ, ਨੀਲਾ ਜਿਹਾ ਫਿਲਟਰ ਆ ਨਾ ਜਿਹੜਾ, ਇਹ ਉਹ ਫਿਲਟਰ ਉਹਨੂੰ ਇਹਨੂੰ ਲੱਗਿਆ ਹੋਇਆ ਟੈਂਕੀ ਨੂੰ ਸਪੈਸ਼ਲ, ਇਹ ਤਾਂ ਲਾਇਆ ਹੋਇਆ। ਕੋਈ ਹੋਊਗਾ ਰੀਜਨ ਇਹਦਾ ਵੀ ਲਾਉਣ ਦਾ, ਬਾਕੀ ਜਿਹੜੇ ਕੋਈ ਮੇਰੇ ਵੀਰ ਨੇ ਰੱਖੀ ਹੈ ਕਿਸੇ ਨੇ ਜੌਂਡੀਅਰ, ਕਮੈਂਟ ਕਰਕੇ ਜ਼ਰੂਰ ਦੱਸਿਓ। ਆ ਗਿਆ ਇੰਜਣ, ਉਹਦੇ ਬਾਅਦ ਆਪਣੇ ਹਾਈਡਰੋਲਿਕ ਪੰਪ ਆ ਜਿਹੜੇ, ਆਹ ਪੁਲੀਆਂ ਦੇਖ ਲਓ, ਬੈਲਟਾਂ ਤਾਰੀਆਂ ਹੋਈਆਂ, ਪੁਲੀ ਦੇ ਵਿੱਚ ਬੈਲਟ ਨਹੀਂ ਹੈ, ਉਹ ਇੰਜਣ ਦੇ ਵਿੱਚੇ ਪੰਪ ਆ ਬਾਈ ਇਹਦੇ, ਜੌਂਡੀਅਰ ਕੰਬਾਈਨ ਦਾ ਜਿਹੜਾ ਇੰਜਣ ਆ ਨਾ, ਸਪੈਸ਼ਲ ਇੰਜਣ ਇਹਦਾ ਹੀ ਆ ਉਹ, ਵੀ ਉਹ ਦੇਖੋ ਪੰਪ ਲਾਏ ਹੋਏ, ਜਿਵੇਂ ਆਪਣੇ ਟਰੈਕਟਰਾਂ ਦੇ ਹੁੰਦੇ ਆ, ਆਹ ਹਾਈਡਰੋਲਿਕ ਪੰਪ ਲਾਏ ਹੋਏ ਆ ਇਹਦੇ। ਬਹੁਤ ਜੈਨੀਅਨ ਕੰਮ ਕਰਿਆ ਹੋਇਆ ਜੌਂਡੀਅਰ ਕੰਪਨੀ ਦਾ ਬਾਈ, ਮੈਂ ਪਹਿਲੀ ਵਾਰ ਮਸ਼ੀਨ ਦੇਖੀ ਆ, ਅੱਗੇ ਆਪਾਂ ਦੇਖੀ ਕੋਈ ਨਹੀਂ, ਐਤਕੀ ਪਹਿਲੀ ਵਾਰ ਦੇਖਣ ਨਾਲ ਬਹੁਤ ਵਧੀਆ ਮਸ਼ੀਨ ਲੱਗੀ। ਐਡਲ ਦੇਖ ਲਓ, ਫਲੈਟ ਐਡਲ ਆ ਜਿਹੜਾ, ਜਿਵੇਂ ਚਲੋ ਹੁਣ ਇਹ ਤਾਂ ਮਸ਼ੀਨਾਂ ਵਾਲੇ ਕੰਪਨੀਆਂ ਸਾਰੀਆਂ ਹੀ ਫਲੈਟ ਬਟਾ ਦੂਆ ਹੀ ਪਾਉਣ ਲੱਗ ਗਈਆਂ ਬੈਲਟਾਂ ਵਾਲਾ, ਜਿਹ 'ਚ ਤਿੰਨ ਬੈਲਟਾਂ ਹੇਠਾਂ ਝੀਰੀ ਹੁੰਦੀ ਆ, ਉੱਪਰ 'ਤੇ ਪਲੇਨ ਹੁੰਦੀ ਹੈ। ਚਲੋ ਬਾਕੀ ਹੁਣ ਤੁਹਾਨੂੰ ਥੱਲੇ 'ਤੇ ਦਿਖਾਉਂਦੇ ਜਾ ਕੇ, ਔਗਰ ਤਾਂ ਸੇਮ ਹੀ ਹੈ ਇਹਦਾ, ਕੋਈ ਜ਼ਿਆਦਾ ਔਗਰ 'ਚ ਉਹ ਨਹੀਂ ਹੈਗਾ, ਆਟੋਮੈਟਿਕ ਔਗਰ ਨਹੀਂ। ਬਾਕੀ ਟਰਬੋ ਲੱਗਿਆ ਹੋਇਆ ਇੰਜਣ ਨੂੰ, ਉਹ ਦੇਖੋ ਸਾਹਮਣੇ ਛੋਟੀ ਜਿਹੀ ਢੋਲਕੀ ਆ ਸਲਾਂਸਰ ਵਾਲੀ, ਟਰਬੋ ਦੇਖੋ ਲੱਗਿਆ, ਛੋਟਾ ਟਰਬੋ ਲੱਗਿਆ ਹੋਇਆ, ਏਅਰ ਆਟੋ ਕਲੀਨਰ ਆ। ਆ ਹੁਣ ਆਪਾਂ ਟੈਂਕ ਦੇ ਵਿੱਚ ਆ ਗਏ, ਟੈਂਕ ਦੇ ਵਿੱਚ ਵੀ ਉਹੀ ਸਿਸਟਮ ਆ ਬਾਈ ਸਾਰਾ, ਪੀ ਐੱਫ ਪਲੇਟਾਂ ਵਾਲੇ ਬੈਰਿੰਗ ਆ ਜਿਹੜੇ, ਉਹ ਦੇਖੋ ਸਾਹਮਣੇ ਦੇਖਦੇ ਆ ਨਾ, ਸਾਰੇ ਉਹੀ ਬੈਰਿੰਗ ਲੱਗੇ ਹੋਏ ਆ, ਕੋਈ ਮੰਨ ਲਓ ਇੱਕ ਵੀ ਹੌਜ਼ਿੰਗ ਨਹੀਂ ਹੈਗਾ ਮਸ਼ੀਨ ਦੇ ਵਿੱਚ, ਦੇਖ ਲਓ ਤੁਸੀਂ ਇਹੋ ਜਿਹੀ ਕੰਬਾਈਨ ਆ ਨਾ ਬਣਾਈ ਜੌਂਡੀਅਰ, ਇੱਕ ਵੀ ਬਿਨਾਂ ਹੌਜ਼ਿੰਗਾਂ ਦੇ ਆ। ਹੁਣ ਆਪਾਂ ਕੈਬਨ ਦੇ ਵਿੱਚ ਆ ਗਏ, ਪਹਿਲਾਂ ਤਾਂ ਸਟੇਅਰਿੰਗ ਦੇਖੋ, ਆਹ ਲੀਵਰ ਦੇਖੋ, ਵੀ ਆਹ ਆਪਣੇ ਲੀਵਰ ਹੋ ਗਿਆ ਕਟਰ ਵਾਲਾ, ਇਹ ਫਲੈਟ ਵਾਲਾ, ਇਹ ਆਹ ਦਾਣੇ ਵਾਲਾ ਹੋ ਗਿਆ। ਬਹੁਤ ਆਰਾਮ ਗਏ ਲੀਵਰ ਲੱਗਦੇ ਆ, ਪਿਆਰੇ ਲੀਵਰ ਆ, ਦੇਖੋ ਕਿੰਨੇ ਸੋਹਣੇ ਲੀਵਰ ਲੱਗਦੇ ਆ। ਇਹ ਆਪਣੇ ਡਰਾਈਵਰ ਸੀਟ ਆ ਗਈ, ਠੀਕ ਹੈ ਜੀ। ਉਹ ਤੋਂ ਬਾਅਦ ਸਟੇਅਰਿੰਗ ਆ ਜਿਹੜਾ, ਉਹ ਤਾਂ ਤੁਸੀਂ ਦੇਖ ਹੀ ਲਿਆ, ਵੀ ਮੈਂ ਕਹਿੰਦਾ ਬਾਈ ਸਟੇਅਰਿੰਗ ਦਾ ਤਾਂ ਜਮਾਂ ਹੀ ਪਤਲੀ ਜਿਹੀ ਰਾਡ ਪਾ ਕੇ ਹੇਠਾਂ ਤੱਕ ਪਤਲੀ ਜਿਹੀ ਰਾਡ ਲਾਈ ਹੋਈ ਆ। ਬਾਕੀ ਜਿਹੜੇ ਕਲੱਚਾਂ ਵਾਲੇ ਦੇਖੋ, ਪੈਡਲ ਕਿੰਨੇ ਸੋਹਣੇ ਆ, ਕਿੰਨੇ ਸ਼ੇਪ 'ਚ ਵਧੀਆ ਲੱਗਦੇ ਆ। ਉਹ ਤੋਂ ਬਾਅਦ ਰੇਸ ਆ ਗਈ ਆ, ਪੈਰ ਵਾਲੀ ਰੇਸ ਲਾਈ ਹੋਈ ਆ ਦੇਖੋ, ਛੋਟੀ ਜੀ ਨਾਲੇ ਸਟੇਅਰਿੰਗ ਦੇ। ਉਹ ਤੋਂ ਬਾਅਦ ਹੁਣ ਆਪਾਂ ਤੁਹਾਨੂੰ ਆ ਜਾਈਏ ਕੈਬਨ ਦੇ ਡੈਸ਼ਬੋਰਡ 'ਤੇ, ਇਹ ਆਪਣੇ ਮੀਟਰ ਆ ਗਿਆ ਐਲ ਪ੍ਰੈਸ਼ਰ, ਆਰ ਪੀ ਐੱਮ ਇੰਜਣ, ਇੱਧਰ ਆ ਗਿਆ ਗਰਮ ਵਾਲਾ ਸਿਰੇ ਪਰ, ਠੀਕ ਹੈ ਜੀ। ਉਹ ਤੋਂ ਬਾਅਦ ਜਿਹੜੇ ਇਹਦੇ ਸਿਸਟਮ ਆ, ਉਹਦਾ ਹੈ ਦੋ ਹੀ ਕੰਬਾਈਨ ਮੰਗੂਈਆਂ ਸੇਮ, ਪਰ ਮੀਟਰ ਇਹਦੇ ਇੱਕ ਜਗ੍ਹਾ ਲਾਏ ਹੋਏ ਜੌਂਡੀਅਰ ਕੰਪਨੀ ਦੇ ਆਪਣੇ ਮੀਟਰ ਆ, ਆਹ ਚੱਕਰ ਘੱਟ ਵੱਧ ਕਰਨ ਵਾਸਤੇ ਬਣੇ ਹੋਏ ਆ, ਜਿਵੇਂ ਆਪਾਂ ਕਹਿ ਦਿੰਦੇ ਹਾਂ, ਕਈ ਬੰਦੇ ਕਹਿ ਦਿੰਦੇ ਹਾਂ ਆਪਣੇ ਜ਼ਿਮੀਂਦਾਰ ਭਰਾ, ਵੀ ਯਾਰ ਇਲੈਕਟ੍ਰੋਨਿਕ ਜ਼ਿਆਦਾ ਆ ਮਸ਼ੀਨ, ਬਾਕੀ ਆਹ ਲਾਈਟਾਂ ਨੇ ਸੁੱਚ, ਲਾਈਟਾਂ ਦਾ ਸਿਸਟਮ ਆ ਗਿਆ, ਚਾਬੀ ਸੁੱਚ ਆ ਗਈ, ਉਹ ਤੋਂ ਬਾਅਦ ਉਹ ਚਾਰਜਰ ਆ ਗਿਆ, ਠੀਕ ਹੈ ਜੀ। ਉਹ ਤੋਂ ਬਾਅਦ ਆਹ ਆਪਣੇ ਬਾਸਕਟ ਆ ਗਈ, ਹੈਂਡ ਬ੍ਰੇਕ ਲਾਏ ਹੋਏ ਆ ਸਪੈਸ਼ਲ, ਔਰ ਰੇਸ ਆ ਗਈ ਦੇ ਲਓ, ਬਸ ਤਿੰਨੇ ਟੱਕਾਂ ਬਾਈ ਰੇਸ ਦੇ, ਰੇਸ ਵੀ ਇੰਨੀ ਛੋਟਾ ਜਿਹਾ ਲੀਵਰ ਆ, ਤਿੰਨ ਟੱਕਾਂ ਤੋਂ ਬਾਅਦ ਚੋਕ ਆ ਗਈ ਰੇਸ ਐਕਸੀਲੇਟਰ ਦੇ ਕੋਲ, ਉਹ ਤੋਂ ਬਾਅਦ ਇਹਦੇ ਆ ਗਏ ਗੇਅਰ ਲੀਵਰ, ਗੇਅਰ ਲੀਵਰ ਦੇਖ ਲਓ, ਟੱਕਾਂ 'ਚ ਗੇਅਰ ਪੈਂਦੇ ਇਹਦੇ, ਜਿਵੇਂ ਮੰਨ ਲਓ ਏ ਬੀ ਸੀ ਡੀ ਟਰੈਕਟਰ ਦੇ ਗੇਅਰ ਹੁੰਦੇ ਆ, ਉੱਕਣੇ ਇਹਦੇ ਟੱਕਾਂ ਦੇ ਵਿੱਚ ਗੇਅਰ ਪੈਂਦੇ ਆ, ਬਹੁਤ ਰੈਲੇ ਗੇਅਰ ਆ, ਮਲਾਈ ਵਾਂਗੂ ਗੇਅਰ ਪੈਂਦੇ ਆ ਗੱਡੀ ਦੇ। ਉਹ ਦੇਖੋ ਪੈ ਗਿਆ ਤੀਆ ਚੌਥਾ ਪੈ ਗਿਆ, ਇਹ ਆਹ ਬੈਕ ਪੈ ਗਿਆ, ਇੱਕਣੇ ਗੇਅਰ ਆ, ਬਾਕੀ ਆਹ ਲੀਵਰ ਆ ਜਿਹੜੇ, ਇਹ ਕਟਰ ਵਾਲਾ ਲੀਵਰ ਹੋ ਗਿਆ, ਠੀਕ ਹੈ ਜੀ। ਉਹ ਤੋਂ ਬਾਅਦ ਨਾ ਇਹ ਪਹਿਲਾਂ ਉਹਦੇ ਵਾਲਾ ਹਾਈਲੋ ਵਾਲਾ, ਆਹ ਇਹ ਕਟਰ ਵਾਲਾ ਹੋ ਗਿਆ, ਠੀਕ ਹੈ ਜੀ। ਇਹ ਅਤੇ ਉੱਪਰ ਵਾਲਾ ਹੋ ਗਿਆ ਰੀਲ ਦਾ, ਆਹ ਰੀਲ ਦਾ ਲੀਵਰ ਹੋ ਗਿਆ। ਬਹੁਤ ਜਾਣੀ ਕਹਿਣ ਦਾ ਭਾਵ ਜਿਹੜੇ ਲੀਵਰ ਆ ਡੈਸ਼ਬੋਰਡ ਦੇ ਵਿੱਚ ਸਿਸਟਮ ਆ, ਟੇਬਰ ਕਾਰਟ ਲੱਗੀ ਹੋਈ ਹੈ। ਚਲੋ ਇਹ ਤਾਂ ਕੋਈ ਕੰਪਨੀ ਇਹ ਚੀਜ਼ ਨੂੰ ਫੋਲੋ ਨਹੀਂ ਕਰਦੀ ਹੈਗੀ, ਇਹ ਆਪਣਾ ਹੀ ਲਾਉਣਾ ਪੈਂਦਾ ਆਪਾਂ ਨੂੰ। ਆਹ ਚੱਕਰ ਘਟਾਉਣ ਵਧਾਉਣ ਵਾਸਤੇ ਥਰੈਸ਼ਰ ਦੇ ਚਾਬੀ ਰੱਖੀ ਹੋਈ ਹੈ ਦੇਖੋ, ਜੌਂਡੀਅਰ ਕੰਬਾਈਨ ਦੇ ਚੱਕਰ ਘਟਾਉਣ ਵਧਾਉਣ ਵਾਸਤੇ ਥਰੈਸ਼ਰ ਦੇ ਇਹ ਚੀਜ਼ਾਂ ਰੱਖੀਆਂ ਹੋਈਆਂ। ਬਾਕੀ ਉਹ ਰੀਲ ਦੇ ਚੱਕਰਾਂ, ਕਟਰਾਂ ਦੇ ਚੱਕਰਾਂ, ਕਨੈਕਟਰ ਸੀਟ ਆ ਗਈ, ਟੈਂਕ ਸੀਸਾ ਆ ਗਿਆ, ਉਹ ਤੋਂ ਬਾਅਦ ਅੱਗ ਬੁਝਾਊ ਸਿਲੰਡਰ ਆ ਗਿਆ, ਫਾਈਵ ਗੇਅਰ, ਇਹ ਵੀ ਜ਼ਰੂਰੀ ਆ ਬਾਈ ਕੰਬਾਈਨ ਦੇ ਉੱਤੇ। ਬਾਕੀ ਆਪਣੇ ਦਾਣੇ ਵਾਲਾ ਔਗਰ ਆ ਗਿਆ, ਇਹ ਤੋਂ ਸੇਮ ਹੀ ਆ ਸਾਰਾ।
ਜਿਵੇਂ ਆਮ ਕੰਬਾਈਨਾਂ 'ਤੇ ਹੁੰਦਾ। ਬਾਕੀ ਕਹਿਣ ਦਾ ਭਾਵ ਬਾਈ ਜਿਹੜੀ ਜੌਂਡੀਅਰ ਕੰਬਾਈਨ ਆ BW70 ਮਾਡਲ ਆ ਇਹ। ਉਹ ਤੋਂ ਬਾਅਦ ਆਪਾਂ ਹੁਣ ਹੇਠਾਂ ਆ ਗਏ, ਆਹ ਦੇਖ ਲਓ ਤੁਸੀਂ ਸਿਸਟਮ ਆ ਜਿਹੜਾ ਇਹਦਾ, ਚੱਕਰ ਘਟਾਉਣ ਥਰੈਸ਼ਰ ਦੇ ਚੱਕਰ ਦੱਸਦਾ ਜਿਹੜਾ ਨਾ SMS ਨੂੰ ਆਪਾਂ ਸੈਂਸਰ ਲਾਉਂਦੇ ਹਾਂ, ਜਿਹੜਾ ਉਹ ਸੈਂਸਰ ਲੱਗਿਆ ਹੋਇਆ ਇਹਨੂੰ, ਉਹ ਜਾਂਦੀ ਇਹਦੀ ਬਾਹਰ ਉੱਪਰ ਡੈਸ਼ਬੋਰਡ ਦੇ ਵਿੱਚ, ਆਹ ਸੈਂਸਰ SMS ਨੂੰ ਲਾਉਂਦੇ ਹਾਂ ਆਪਾਂ। ਉਹੀ ਸੈਂਸਰ ਇਹਨੂੰ ਸ਼ਾਫਟ ਦੇ ਬਾਹਰ ਲੱਗਿਆ ਹੋਇਆ ਜਿਹੜਾ ਆਪਣਾ ਇੰਜਣ ਦੇ ਚੱਕਰ ਦਿਖਾਉਂਦਾ। ਬਾਕੀ ਫਲੈਟ ਪੋਲਾ ਦੇਖ ਲਓ ਤੁਸੀਂ, 3 ਬੈਲਟਾਂ ਜਿਹੜੀਆਂ ਚੱਲਦੀਆਂ, ਇਹਦਾ ਫਲੈਟ ਪੋਲਾ ਪੱਟੇ ਵਾਲਾ ਨਹੀਂ, ਆਹ ਆਪਣੇ ਦਾਣੇ ਵਾਲਾ ਹੋ ਗਿਆ ਸਿਸਟਮ। ਉਹ ਤੋਂ ਬਾਅਦ ਆਹ ਆਪਣਾ ਚੇਂਜਰ ਹੋ ਗਿਆ ਬਾਈ, ਚੇਂਜਰ ਦੇਖ ਲਓ ਤੁਸੀਂ। ਕਹਿਣ ਦਾ ਭਾਵ ਆ ਜਿਹੜਾ ਇੱਕੋ ਪਾਈਪ ਲੱਗੀ ਹੋਈ ਆ ਬਸ, ਇਹਨੂੰ ਦੂਜੀ ਪਾਈਪ ਨਹੀਂ ਹੈਗੀ, ਕੋਈ ਜੈਕ ਨਹੀਂ ਲੱਗਿਆ ਨਹੀਂ। ਆਪਾਂ ਦੇਖਦੇ ਹਾਂ ਕੰਬਾਈਨਾਂ 'ਤੇ ਜੈਕ ਲੱਗਿਆ ਹੁੰਦਾ ਹਾਈ ਲੋ ਕਰਨੇ ਨੂੰ, ਇਹਦੇ ਕੋਈ ਜੈਕ ਨਹੀਂ ਲੱਗਿਆ। ਸਵਰਾਜ ਮਸ਼ੀਨ ਵਾਲਾ ਜਿਵੇਂ ਸਵਰਾਜ ਮਸ਼ੀਨ ਦਾ ਚੇਂਜਰ ਹੁੰਦਾ ਪਿਸਟਨ ਵਾਲਾ, ਉਸ ਹਿਸਾਬ 'ਚ ਇਹਦਾ ਚੇਂਜਰ ਆ। ਬਾਕੀ ਆਪਾਂ ਤਾਂ ਹਜੇ ਬਾਈ ਖੋਲਿਆ ਨਹੀਂ ਕਦੇ, ਬਾਕੀ ਜੇ ਆਪਾਂ ਖੋਲਾਂਗੇ ਉਹ ਵੀ ਤੁਹਾਨੂੰ ਦਿਖਾ ਦਾਂਗੇ ਵੀ ਕਿ ਆਹ ਬੈਟਰੀ ਬਾਕਸ ਆ ਗਿਆ ਜਿਹੜਾ ਆਪਣੀ ਜੌਂਡੀਅਰ ਕੰਬਾਈਨ ਦਾ ਆਰਥ ਆ ਗਿਆ। ਇਹਨੂੰ ਥੱਲੇ ਨੂੰ ਕਰਾਂਗੇ ਤਾਂ ਕੱਟ ਦੂਗਾ, ਉੱਪਰ ਨੂੰ ਲੱਗ ਜੂਗਾ। ਆਹ ਕੱਟਿਆ ਗਿਆ, ਆਹ ਲੱਗ ਗਿਆ। ਬਾਕੀ ਮਸ਼ੀਨ ਨੂੰ ਦੇਖੋ, ਆਹ ਇਹ ਰਾੜ ਪਤਾ ਨਹੀਂ ਕਾਹਦੀ ਲੱਗੀ ਹੋਈ ਆ, ਇਹ ਬੰਦ ਕਰੀ ਹੋਈ ਆ, ਆਹ ਜਾਲੀ ਕਵਰ ਕਰੀ ਹੋਈ ਆ, ਇਹ ਤਾਂ ਚਲੋ ਇਹਨਾਂ ਨੇ ਕਰੀ ਹੋਣੀ ਆ। ਬਾਕੀ ਇਹ ਕਲੱਚ ਵਾਲੀ ਪੁਲੀ ਦੇਖ ਲਓ ਕਿੰਨਾ ਵਧੀਆ ਸਿਸਟਮ ਆ, ਔਰ ਪਿੱਛੇ ਕਲੱਚ ਪਲੇਟ, ਸਾਰਾ ਸਿਸਟਮ ਆ ਜਿਹੜਾ ਇਹਦਾ, ਪੁਲੀ ਦਾ ਵੀ ਸਿਸਟਮ ਅਲੱਗ ਆ। ਦੇਖੋ ਇੱਧਰ ਮੂਹਰੇ ਬਾਹ ਕਲੱਚ ਪਲੇਟ ਆ ਗਈ ਆਪਣੀ, ਕਲੱਚ ਪਲੇਟ 6-7 ਨਟ ਲੱਗੇ ਹੋਏ ਆ ਬਸ, ਉਹਨਾਂ ਪਰੇ ਚੱਲਦੀ ਆ। ਚਲੋ ਬਾਕੀ ਹਿੱਸਾ ਆ ਗਿਆ ਇਹਦਾ ਪਿੱਛੇ, ਜਿਹੜੀ ਰਾੜ 'ਤੇ ਮੂਹਰੇ ਤੁਹਾਨੂੰ ਦਿਖਾਉਂਦਾ ਟੂਲ ਬੋਕਸ ਆ ਗਿਆ। ਉਹਦੇ ਬਾਅਦ ਆਹ ਕਰੈਂਕ ਬੰਦ ਕਰੀ ਹੋਈ ਆ, ਇਹ ਰਾੜ ਪਤਾ ਨਹੀਂ ਬਾਈ ਕਾਹਦੀ ਆ, ਕਮੈਂਟਾਂ 'ਚ ਜ਼ਰੂਰ ਦੱਸਿਓ ਵੀ ਕਾਹਦੀ ਆ ਇਹ। ਚੱਕਰ ਘੱਟ ਵੱਧ ਕਰਨ ਵਾਲੀ ਰਾੜ ਆ ਉਹਦੇ ਉੱਪਰ ਲਿਖਿਆ। ਬਾਕੀ ਆ ਕਵਰ, ਕਰੈਂਕ ਐਨ ਕਵਰ ਕਰੀ ਹੋਈ ਆ, ਦੇਖੋ ਬੈਰਿੰਗ ਪਾ ਕੇ ਉਹਦੇ ਐਨ ਪੂਰੀ ਸਾਰੀ ਕਵਰ ਕਰਕੇ ਹਾਸੀ ਹਿੱਸਾ ਆ ਗਿਆ। ਟਾਈ ਰਾਡ ਦੇਖ ਲਓ ਬਾਈ ਕਿਹੜੇ ਹਿਸਾਬ ਕਰ, ਸਿੱਧੀ ਇੱਕ ਸਿੱਧੀ ਪਾਈ ਸੀ ਸਟੇਅਰਿੰਗ, ਜੇ ਇੱਕ ਪਿਛਲੇ ਪਾਸੇ ਲਾਇਆ। ਉਹ ਦੇਖੋ ਕਿਵੇਂ ਪੱਤੀਆਂ ਪਾ ਕੇ ਹਿੱਸੇ ਨੂੰ, ਜਿਹੜੀ ਲਾਈਨ ਬਣਾਉਂਦੇ ਆਪਾਂ ਹਿੱਸੇ ਦੀ ਬੈਲੈਂਸ, ਉਹ ਸਿੱਧਾ ਰੱਖਦਾ ਇਹਨੂੰ। ਬਾਕੀ ਤਾਂ ਸੇਮ ਹੀ ਹੈ ਇਹਦਾ ਸਾਰਾ ਸਿਸਟਮ, ਸਟਾਪ ਕਰਾ ਗਏ। ਉਹ ਤੋਂ ਬਾਅਦ ਬੈੱਡ, ਬੈੱਡ ਨੂੰ ਤਾਂ ਚਾਦਰ ਬੜੀ ਅਨੋਖੀ ਜਿਹੀ ਲੱਗੀ ਹੋਈ ਆ, ਕਿੰਨੀ ਵਧੀਆ ਲੱਗਦੀ ਆ। ਤਾਂ ਹੀ ਬਾਈ ਜੌਂਡੀਅਰ ਕੰਪਨੀ ਹੈ ਜਿਹੜੀ, ਇਹ ਕੰਪਨੀ ਆਪਣਾ ਹੀ ਸਿਸਟਮ ਆ ਜਿਹੜਾ ਸਾਰਾ ਯੂਜ਼ ਕਰਦੀ ਆ ਬਾਹਰ ਤੋਂ, ਕਿਸੇ ਦੀ ਨਾ ਨਕਲ ਕਰਦੀ ਆ ਨਾ ਕੋਈ ਕਾਪੀ ਕਰਦੀ ਆ। ਬਾਕੀ ਮਸ਼ੀਨ ਕਲਰ ਹਰੇ ਰੰਗ, ਜਾਂ ਆਟੋ ਕਲੀਨਰ ਲੱਗਿਆ ਹੋਇਆ, ਬੈਲਟ ਪਾਈ ਹੋਈ ਆ, ਸ਼ਾਫਟ ਪਾ ਕੇ ਪੁਲੀ ਨੂੰ, ਕੋਈ ਵੀ ਇਹਦੇ ਅਗਲੇ ਟਾਇਰ ਆ ਜਿਹੜੇ ਉਹ ਤਾਂ ਸੇਮ ਹੀ ਆ। ਬਾਕੀ ਬਲੋਰ ਵਾਲਾ ਸਿਸਟਮ ਕਿੰਨਾ ਫਿਊਚਰ ਘੈਂਟ ਲੱਗਿਆ ਹੋਇਆ, ਕੈਬਨ ਤਾਂ ਤੁਹਾਨੂੰ ਜਾਣਕਾਰੀ ਦਿੱਤੀ, ਉਹ ਕੈਬਨ ਵੀ ਬੜਾ ਬਾਈ ਜੌਂਡੀਅਰ ਦਾ ਜਿਹੜਾ ਕਮਾਲ ਦਾ। ਫੀਟਰ ਦਾ ਵੀ ਸਿਸਟਮ ਕਮਾਲ ਦਾ ਹੀ ਆ, ਆਟੋ ਬੈਲਟ ਆ ਜਿਹੜੀ ਇੱਕ ਪਿੱਛੇ 'ਤੇ ਬੈਲਟ ਪੱਕੀ ਉਹ ਪਾਈ ਵੀ ਹੈ, ਜਿਵੇਂ ਆਪਾਂ ਨੂੰ ਦੂਏ ਮਸ਼ੀਨਾਂ 'ਚ ਤਾਰ ਨਹੀਂ ਪੈਂਦੀ, ਆ ਜੈਕ ਆ ਗਏ ਇਹਦੇ ਮਕੈਨੀਕਲ, ਆਹ ਮਕੈਨੀਕਲ ਆ ਗਿਆ, ਜਿਵੇਂ ਆਪਾਂ ਉੱਪਰ ਚੱਕ ਕੇ ਕੱਟਰ ਲਾਲ ਜਾਂ ਟਾਪਾ ਥੱਲੇ ਦੱਬਦਣਾ ਤਾਂ ਇਹ ਜੈਕ ਅਟੈਚਮੈਂਟ ਹੋ ਜਾਣਾ, ਇਹਨੇ ਜੈਕ ਦੇ ਵਿੱਚ ਕਵਰ ਹੋ ਜਾਣਾ, ਜਿਵੇਂ JCB ਦੇ ਹੁੰਦਾ ਵੀ ਲੋਡਰ ਚੱਕ ਕੇ ਆਪਾਂ ਮੁੜ ਕੇ ਥੱਲੇ ਨਾ ਆਵੇ, ਉਹ ਸਿਸਟਮ ਇਹਦੇ ਲੱਗਿਆ ਹੋਇਆ। ਬਾਕੀ ਆਹ ਡਾਇਰੈਕਸ਼ਨਾਂ ਦੇਖ ਲਓ ਕਿਹੋ ਜਿਹੀਆਂ, ਛੋਟੀਆਂ ਡਾਇਰੈਕਸ਼ਨਾਂ, ਹਿੱਸੇ ਨੂੰ ਦੇਖੋ ਕਿੰਨੀ ਮਜ਼ਬੂਤੀ ਕਰੀ, ਕਿੰਨੇ ਲੰਬੇ ਨਟ ਪਾਏ ਹੋਏ ਆ। ਪਾਉਣ ਤੋਂ ਬਾਅਦ ਜਿਹੜੀ ਆਹ ਰਾੜ ਆ ਇਹਦਾ ਰੇਲ ਵਾਲਾ ਪਾਇਪ ਆ ਆਪਣੇ। ਉਹ ਤੋਂ ਬਾਅਦ ਅੱਜ ਤੁਹਾਨੂੰ ਜੌਂਡੀਅਰ ਮਸ਼ੀਨ ਦਾ ਰਿਵਿਊ ਆ ਜਿਹੜਾ,